ਸਤਿ ਸ਼੍ਰੀ ਅਕਾਲ ਜੀ, ਸਾਰਿਆਂ ਨੂੰ ਵੈਲਕਮ ਕਰਦੇ ਹਾਂ ਭਿੰਡਰ ਡੇਅਰੀ ਫਾਰਮ ਵਿੱਚ ਜੀ, ਵੱਲੇ ਮੰਡੀ ਦੇ ਵਿੱਚ। ਅੱਜ ਸਭ ਤੋਂ ਜਿਹੜਾ ਵੱਡਾ ਝੋਟਾ ਸੰਧੂ ਡੇਅਰੀ ਫਾਰਮ ਵਾਲਿਆਂ ਕੋਲ ਆ ਜੀ। ਬੱਚਾ ਅਰਜਨ ਕੁੰਗੜ ਦਾ ਮਾਲੀ ਆ, ਪਾਰਸ ਖਜਾਲਾ ਜੀ। ਮਾਂ ਦਾ ਰਿਕਾਰਡ ਦਾ ਦੁੱਧ ਆ 2300 ਆ ਜੀ। ਮੋਹਰਾ ਜੈੱਡ ਬਲੈਕ ਆ ਜੀ, 5 ਫੁੱਟ ਅਤੇ 7 ਇੰਚ ਹਾਈਟ ਆ ਜੀ, 9 ਫੁੱਟ ਲੰਮਾ ਜੀ। ਅਤੇ ਭਾਅ ਜੀ ਉਹਨਾਂ ਦਾ ਮੋਬਾਈਲ ਨੰਬਰ ਵੀ ਦਿੱਤਾ ਹੋਇਆ, ਪਿੰਡ ਖਜਾਲਾ ਮਹਿਤਾ ਰੋਡ ਅੰਮ੍ਰਿਤਸਰ ਦੇ ਵਿੱਚ ਆ ਜੀ। ਅਤੇ ਗੱਲਬਾਤ ਵੀ ਕਰਾਵਾਂਗੇ ਭਾਅ ਜੀ ਨਾਲ, ਭਾਅ ਜੀ ਹੋਣਾ ਨਾਲ। ਮੰਡੀ ਦੇ ਵਿੱਚ ਇੱਦਾਂ ਦਾ ਝੋਟਾ ਮੈਂ ਦੇਖਿਆ ਨਹੀਂ ਕੋਈ ਵੀ, ਸਭ ਤੋਂ ਉੱਚਾ ਲੰਮਾ ਅਤੇ ਹਾਥੀ ਵਰਗਾ ਕੱਦ ਆ ਜੀ। ਅਤੇ ਝੋਟਾ ਤੁਹਾਨੂੰ ਦਿਖਾਵਾਂਗੇ ਕਿੰਨੀ ਉਮਰ ਆ ਇਹਦੀ ਅਤੇ ਕੀ ਰਿਕਾਰਡ ਆ ਜੀ ਇਹਦਾ। ਗੱਲਬਾਤ ਕਰਾਵਾਂਗੇ ਭਾਅ ਜੀ ਹੋਣਾ ਨਾਲ, ਕਿਹੜਾ ਪਿੰਡ ਆ, ਐਡਰੈਸ ਲਵਾਂਗੇ ਜੀ ਇਹਨਾਂ ਦਾ। ਆਹ ਦੇਖੋ ਜੀ, ਬਿਲਕੁਲ ਠੰਡਾ ਹੈ ਜੀ, ਬਹੁਤ ਠੰਡੇ ਸੁਭਾਅ ਦਾ ਮਾਲਕ ਆ ਜੀ। ਅਤੇ ਇਹਦਾ ਨਾਮ ਵੀ ਪੁੱਛਾਂਗੇ, ਨਾਮ ਹੀ ਰੱਖਿਆ ਹੋਣਾ ਭਾਅ ਜੀ ਹੋਣਾ। ਕੱਦ ਦੇਖ ਸਕਦੇ ਹਾਂ ਜੀ, ਆਪਣੇ ਇਨਸਾਨ ਦੀ ਹਾਈਟ ਦੇਖ ਲਓ, ਵੀਰ ਦੀ ਹਾਈਟ ਤਕਰੀਬਨ 6 ਫੁੱਟ ਦੇ ਲਾਗੇ ਹੋਣੀ ਆ, ਅਤੇ ਝੋਟਾ ਵੀਰ ਨਾਲ ਉੱਚਾ ਜੀ, ਦੇਖ ਸਕਦੇ ਹਾਂ। ਆਹ ਦੇਖੋ ਜੀ, ਬਹੁਤ ਤਕੜਾ, ਇਹ ਆਪਣੇ ਵੱਲ ਨੂੰ ਖਿੱਚਦਾ ਜੀ। ਜੇ ਕੋਈ ਵੀਰ ਇਹਨੂੰ ਦੇਖਣ ਤੋਂ ਬਿਨਾਂ ਰਹਿੰਦਾ ਨਹੀਂ ਆ ਜੀ, ਸਾਰੇ ਇਹਦੇ ਵੱਲ ਨੂੰ ਭੱਜੇ ਹੀ ਆਉਂਦੇ ਆ। ਅਤੇ ਵੀਰ ਜੀ ਹੋਣਾ ਨੂੰ ਕਰਾਂਗੇ, ਵੀਰ ਜੀ ਹੋਣਾ ਨਾਲ ਗੱਲਬਾਤ ਗੱਲਬਾਤ ਕਰੋਗੇ ਭਾਅ ਜੀ? ਆਹ ਦੇਖੋ ਜੀ, ਬਿਲਕੁਲ ਕੋਈ ਇਹਨੂੰ ਬੰਨਿਆ ਨਹੀਂ ਗਾ, ਸ਼ਾਂਤ ਹੋ ਕੇ ਖਲੋਤਾ ਜੀ। ਸਤਿ ਸ਼੍ਰੀ ਅਕਾਲ ਭਾਅ ਜੀ, ਆਪਣਾ ਜੀ ਮਾਲੀ, ਕਿਹੜਾ ਪਿੰਡ ਆ ਜੀ? ਖਜਾਲਾ ਜੀ। ਠੀਕ ਆ, ਫੋਨ ਨੰਬਰ ਬੋਲ ਦਿਓ ਜੀ ਆਪਣਾ। 8826-6606। ਠੀਕ ਆ ਜੀ, ਇਹ ਮੋਹਰਾ ਨਸਲ ਦਾ ਹੀ ਆ? ਹਾਂਜੀ, ਮੋਹਰਾ ਨਸਲ। ਠੀਕ ਆ, ਇਹ ਕਿਹੜੇ ਕਿਹਦਾ ਬੱਚਾ ਜੀ? ਅਰਜਨ ਕੁੰਗੜ ਦਾ ਬੱਚਾ। ਠੀਕ ਆ, ਤੇ ਕਿੰਨੇ ਚਿਰ ਉਮਰ ਕਿੰਨੀ ਹੋ ਗਈ ਇਹਦੀ? ਇਹਦੇ 3 ਸਾਲ 4 ਮਹੀਨੇ ਉਮਰ। ਠੀਕ ਆ, 3 ਸਾਲ 4 ਮਹੀਨੇ ਉਮਰ ਹੋ ਗਈ ਆ। ਤੇ ਇੱਥੇ ਦੇਖਦੇ ਆ ਆਪਾਂ ਮੰਡੀ ਦੇ ਵਿੱਚ, ਕੱਟੇ ਹੋਰ ਵੀ ਆ, ਝੋਟੇ ਹੋਰ ਵੀ ਆ, ਬਿਲਕੁਲ ਸ਼ਾਂਤ ਝੋਟਾ ਜੀ, ਠੰਡੇ ਸੁਭਾਅ ਦਾ ਜੀ। ਹਾਂਜੀ, ਇਹਦੇ ਨਾਲ ਦਾ ਕੋਈ ਵੀ ਝੋਟਾ ਨਹੀਂ ਦੇਖਿਆ ਮੁੰਡੇ ਦੇ ਵਿੱਚ। ਇਹਦੀ ਨਸਲ ਹੀ ਠੰਡੀ ਹੈ ਜੀ। ਜੀ 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 ਜੀ, ਹਾਂਜੀ, ਵਧੀਆ ਨਸਲ, ਪਿਓਰ, ਸਹੀ ਹੈ, ਮੋਹਰਾ ਦੇ ਵਿੱਚ ਹੈ। ਤੇ ਇਹਦਾ ਸੀਮਨ ਵੇਚਦੇ ਹੀ ਹੋਣੇ ਆ? ਹਾਂਜੀ, ਡਾਇਰੈਕਟ ਕ੍ਰੋਸਿੰਗ ਨਹੀਂ ਕਰਾਉਂਦੇ? ਨਹੀਂ। ਠੀਕ ਹੈ, ਫੋਨ ਨੰਬਰ ਬੋਲ ਦਿਓ ਆਪਣਾ। 8826-6606-6606। ਠੀਕ ਹੈ, ਤੇ ਬਾਕੀ ਬਾਈਆਂ ਨੂੰ ਨੇ ਨੰਬਰ ਬੋਲਤਾ, ਕਿਸੇ ਵੀਰ ਨੇ ਵੀ ਸੀਮਨ ਲੈਣਾ ਹੋਵੇ ਇਹਨਾਂ ਨਾਲ ਕੰਟੈਕਟ ਕਰ ਸਕਦਾ ਜੀ। ਕਾਫੀ ਹਾਈਟ ਆ ਜੀ, ਹਾਥੀ ਜਿਹੜਾ ਉੱਚਾ ਜੀ। ਹੋਰ ਕੋਈ ਜਾਣਕਾਰੀ ਦਿਓਗੇ ਇਹਦੇ ਬਾਰੇ ਭਾਅ ਜੀ? ਠੀਕ ਹੈ, ਦੇ ਦਿਓ ਜੀ ਜਾਣਕਾਰੀ ਜੋ ਵੀ ਇਹਦੇ ਬਾਰੇ। ਹਾਂਜੀ ਵੀਰ ਜੀ, ਇਹ ਚੰਗੀ ਨਸਲ ਆ, ਵਧੀਆ। ਠੀਕ ਹੈ ਜੀ, ਤੇ ਠੰਡਾ ਮਾਲੀ ਆ ਜੀ। ਜੀ ਜੀ, ਠੀਕ ਹੈ। ਤੇ ਬਾਕੀ ਜਿੱਡਾ ਕੱਦ ਆ ਨਾ, ਇਹ ਐਡਾ ਮਾਲੀ ਤਿਆਰ ਕਰਨ ਦੇ ਲਈ ਪਹਿਲਾਂ ਤਾਂ ਆਪਣੇ ਘਰੋਂ ਖਵਾਉਣਾ ਪੈਂਦਾ ਜੀ, ਫੇਰ ਜਾ ਕੇ ਨਾਂ ਬਣਦੇ ਆ ਜੀ। ਤੇ ਇਹਨਾਂ ਵੀਰਾਂ ਨੇ ਬਹੁਤ ਹੀ ਖੁਰਾਕ ਖਵਾਈ ਆ, ਕਾਫੀ ਤਕੜਾ ਆ ਜੀ। ਆਹ ਦੇਖ ਸਕਦੇ ਆ ਕਿੰਨੀ ਰੌਣਕ ਲਾਈ ਆ ਇਸ ਮਾਲੀ ਨੇ, ਖਿੱਚ ਦਾ ਕਾਰਨ ਬਣਿਆ। ਹੋਰ ਕੋਈ ਗੱਲਬਾਤ ਕਰਨੀ ਆ ਜੀ? ਕੋਈ ਸੁਨੇਹਾ ਦੇਣਾ ਚਾਹੁੰਦੇ? 2300 ਆ ਜੀ। ਅੱਛਾ ਜੀ, ਮਾਂ ਦਾ ਰਿਕਾਰਡ 2300 ਆ ਜੀ। ਠੀਕ ਆ, ਚਲੋ ਵਧੀਆ ਜੀ। ਬਾਕੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਜੀ। ਬਾਕੀ ਇਹ ਝੋਟੇ ਦਾ ਨਾਮ ਵੀ ਰੱਖਿਆ ਹੋਇਆ ਵੀਰਾਂ ਨੇ, ਲਾਡ ਨਾਲ ਪਿਆਰ ਨਾਲ ਇਹਨੂੰ ਬੁਲਾਉਂਦੇ ਨੇ। ਤੇ ਵੀਰ ਜੀ ਇਹਦਾ ਨਾਂ ਕੀ ਰੱਖਿਆ? ਪਾਰਸ ਖਜਾਲਾ ਜੀ। ਠੀਕ ਆ, ਠੀਕ ਆ। ਘਰੇ ਵੀ ਇਦਾਂ ਖੁੱਲਾ ਹੀ ਘੁੰਮਦਾ? ਹਾਂ ਜੀ। ਬਾਕੀ ਖੁਰਾਕ ਦੀ ਕੋਈ ਡਿਟੇਲ ਦੇ ਸਕਦੇ ਜੀ? ਹਾਂ ਜੀ ਵੀਰ ਜੀ, ਖੁਰਾਕ ਕਿੰਨੀ ਖੁਰਾਕ ਜਿੰਨੀ ਵੀ ਖਾ ਲੇ ਜੀ। ਕੀ ਪਾਉਂਦੇ ਇਹਨੂੰ?
ਇਹਨੂੰ ਸਿਆਲ ਦੇ ਵਿੱਚ ਤੇ ਦੇਸੀ ਘਿਓ ਚਾਹੀਦਾ ਜੀ। ਅੱਛਾ ਜੀ 60-70 ਕਿਲੋ ਦੇਸੀ ਘਿਓ ਚਾਹੀਦਾ ਜੀ। ਠੀਕ ਹੈ ਸਿਆਲ ਦੇ ਵਿੱਚ। ਹਾਂਜੀ ਬਾਕੀ ਹੋਰ ਵੀ ਜੋ ਫਲ ਫਰੂਟ ਖਾ ਲੇ ਠੀਕ ਚਾਹੀਦਾ ਜੀ। ਸਹੀ ਹੈ। ਹਾਂਜੀ ਬਾਕੀ ਆ ਹਾਈਟ ਮੈਨੂੰ ਤੇ ਬਹੁਤ ਹੀ ਸੋਹਣਾ ਲੱਗਾ ਜੀ ਤੁਹਾਡਾ ਕੱਟਾ ਜੀ। ਆ ਦੇਖੋ ਜੀ ਹਾਥੀ ਜੀ ਢਾਈ ਉਮਰ ਜ਼ਿਆਦਾ ਨਹੀਂ ਗਈ ਇਹਦੀ 3 ਕੁ ਸਾਲ ਦੱਸਦੇ ਆ। ਹਾਂਜੀ ਜੀ 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 ਬਸ ਜੀ ਬਿਲਕੁਲ ਜ਼ਿਆਦਾ ਠੰਡਾ ਜੀ ਕੋਈ ਇਹਨੂੰ ਰੱਸਾ ਨਹੀਂ ਪਾਇਆ ਜੀ ਦੇਖ ਸਕਦੇ ਹਾਂ। ਆ ਦੇਖੋ ਜੀ ਕਿੰਨੇ ਦਰਸ਼ਕ ਵੀਰ ਖਿੱਚੇ ਨੇ ਆਪਣੇ ਵੱਲ ਨੂੰ। ਭਾਅ ਜੀ ਕੋਈ ਗੱਲਬਾਤ ਕਰਨੀ ਚਾਹੁੰਦੇ ਆ ਜੀ? ਭਿੰਡਰ ਡੇਅਰੀ ਫਾਰਮ ਆ ਜੀ। ਮਾਲੀ ਕਿੱਦਾਂ ਦਾ ਲੱਗਾ ਤੁਹਾਨੂੰ ਭਾਅ ਜੀ? ਅੱਛਾ ਜੀ ਤੁਸੀਂ ਵੀ ਰੱਖੇ ਪਸ਼ੂ ਭਾਅ ਜੀ ਘਰ? ਠੀਕ ਹੈ ਜੀ ਠੀਕ ਹੈ ਠੀਕ ਹੈ। ਬਾਕੀ ਆਪਾਂ ਇਹਨਾਂ ਦਾ ਬੋਰਡ ਬਾਹਰੋਂ ਦਿਖਾ ਦਿੰਦੇ ਹਾਂ। ਆਹ ਦੇਖ ਸਕਦੇ ਹਾਂ ਜੀ ਕੋਈ ਵੀਰ ਇਹਨਾਂ ਨੂੰ ਫੋਨ ਕਰਕੇ ਸਿਮ ਲੈ ਸਕਦਾ ਜੀ। ਵੀਰ ਜੀ ਹੋਣਾਂ ਨੇ ਨਾ ਇਹ ਮਾਲੀ ਨੂੰ ਬੜੀ ਰੀਝ ਨਾਲ ਆਪਣੇ ਘਰੇ ਹੀ ਪਾਲਿਆ ਅਤੇ ਇਹਨਾਂ ਨੂੰ ਪੁੱਛਾਂਗੇ ਵੀ ਕਿੰਨਾ ਕੁ ਹੁਣ ਤੱਕ ਖਰਚਾ ਕਿੰਨਾ ਕੁ ਆ ਗਿਆ ਇਹਨੂੰ ਵੱਡਾ ਕਰਨ ਦੇ ਵਿੱਚ ਅਤੇ ਕਿੰਨਾ ਕੁ ਦੁੱਧ ਪੀ ਚੁੱਕਾ ਹੋਊਗਾ। ਅਤੇ ਭਾਅ ਜੀ ਇਹ ਕਿੰਨੇ ਚਿਰ ਦਾ ਸੀ ਜਦੋਂ ਤੁਸੀਂ ਲੈ ਕੇ ਆਏ? ਸਾਡੇ ਘਰ ਦਾ ਹੀ ਹੈ ਜੀ। ਅੱਛਾ ਘਰ ਦਾ ਜੀ ਆਪਣੀ ਮੱਝ ਦਾ ਆ? ਹਾਂਜੀ ਹਾਂਜੀ ਠੀਕ ਆ। ਅੱਛਾ ਮੱਝ ਆਪਣੀ ਦਾ ਜਿਹੜਾ ਜਿਹੜੀ 23 26 ਲੀਟਰ 23 ਕਿਲੋ 2600 ਠੀਕ ਆ ਠੀਕ ਆ। ਤੇ ਇਹਨੂੰ ਤਿਆਰ ਕਰਦਿਆਂ ਕਿੰਨਾ ਖਰਚਾ ਆ ਗਿਆ ਹੋਊਗਾ? ਬਾਕੀ ਜਿੰਨੀ ਤੁਸੀਂ ਮਿਹਨਤ ਕੀਤੀ ਆ ਨਾ ਇਹ ਮਿਹਨਤ ਦਾ ਮੁੱਲ ਤੁਹਾਨੂੰ ਜ਼ਰੂਰ ਮਿਲੂਗਾ। ਮਹਾਰਾਜ ਗੁਰੂ ਰਾਮਦਾਸ ਬਾਕੀ ਤੁਸੀਂ ਇਹਦੀ ਸੇਵਾ ਕੀਤੀ ਆ ਤੇ ਹੁਣ ਇਹਦਾ ਕੰਮ ਆ ਕੇ ਤੁਹਾਡਾ ਨਾਮ ਬਣਾਉਣਾ ਤੇ ਇੱਕ ਦਿਨ ਇਦਾਂ ਦਾ ਹੋਊਗਾ ਕਿ ਤੁਹਾਡੇ ਘਰ ਦੁਨੀਆ ਦੇਖਣ ਆਊਗੀ। ਹੁਣ ਵੀ ਜਿੱਦਾਂ ਇੱਥੇ ਰੌਣਕ ਲੱਗੀ ਘਰ ਦੇ ਸਾਹਮਣੇ ਵੀ ਇੱਦਾਂ ਰੌਣਕ ਲੱਗੀ ਰਹਿਣੀ ਆ। ਘਰੇ ਹੀ ਤਿਆਰ ਕਰਦੇ ਆ ਸੀਮਨ? ਬਹੁਤ ਦੇਖੋ ਜੀ ਦੇਖੋ ਵਾਹ ਸਿੰਘ ਵੀ ਦੇਖ ਸਕਦੇ ਆ ਜੀ। ਆ ਦੇਖੋ ਅੱਖ ਦੇਖੋ ਜੀ ਬਿਲਕੁਲ ਸ਼ਰੀਫ ਆ ਜੀ ਕੋਈ ਚੱਕਰ ਨਹੀਂ। ਕੋਈ ਬੱਚਾ ਫੜ ਲੇ ਇਹਨੂੰ ਕੋਈ ਸਿਆਣਾ ਫੜ ਲੇ। ਆਹ ਦੇਖੋ ਕੋਈ ਰੱਸਾ ਨਹੀਂ ਬੰਨਿਆ ਹੋਇਆ ਆਰਾਮ ਨਾਲ ਖੜਾ ਜੀ ਆਰਾਮ ਨਾਲ ਵਾਹ ਨਜ਼ਰ ਹਟਦੀ ਨਹੀਂ ਇਹਦੇ ਤੋਂ। ਆਹ ਦੇਖੋ ਸਾਰੇ ਅਣਜਾਣ ਵੀਰ ਆ ਜੀ ਦੇਖਣ ਵਾਲੇ ਹੀ ਆ ਸਾਰੇ ਦਰਸ਼ਨੀ ਕੱਟਾ ਜੀ ਵਾਹ। ਇਹਦੇ ਭਾਅ ਜੀ ਬੱਚੇ ਕਿੰਨੇ ਹੁਣ ਤੱਕ ਆ ਚੁੱਕੇ ਆ ਜੀ? ਬੱਚੇ ਆ ਗਏ 20-25 ਆ ਗਏ ਆ ਠੀਕ ਆ। ਕੋਈ ਨਹੀਂ ਬੈਠ ਲੈਣ ਦਿਓ ਜੀ ਬੈਠ ਲੈਣ ਦਿਓ। ਆ ਦੇਖੋ ਵਾਹ ਬਾਕੀ ਮਿਹਨਤ ਬੋਲਦੀ ਹੈ ਜੀ ਬਾਈਆਂ ਦੀ ਤੇ ਬਾਬਾ ਰੱਖੇ ਸੁੱਖ ਇਹਨਾਂ ਨੂੰ ਹੋਰ ਤਰੱਕੀਆਂ ਮਿਲਣ। ਆ ਦੇਖੋ ਜੀ ਰੌਣਕ ਲਾਈ ਹੋਈ ਆ ਜੀ ਕੱਟੇ ਨੇ ਬੋਰਡ ਵੀ ਦਿਖਾ ਤਾ ਕਿਸੇ ਵੀਰ ਨੂੰ ਸੀਮਨ ਚਾਹੀਦਾ ਹੋਵੇ ਤੇ ਇਹਨਾਂ ਨੂੰ ਫੋਨ ਕਰ ਸਕਦਾ ਜੀ।